ਮੇਰੇ ਨਾਲ ਇਸ ਵਕਤ ਮੌਜੂਦ ਨੇ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਲੌਂਗੋਵਾਲ ਸਾਹਿਬ, ਸਭ ਕੁਝ ਜਿਹੜਾ ਚੱਲ ਰਿਹਾ ਹੈ, ਖੱਟਰ ਸਾਹਿਬ ਵੀ ਆਏ, ਜੈਰਾਮ ਠਾਕੁਰ ਵੀ ਆਏ, ਕਿੰਨੇ ਸੈਟਿਸਫਾਈਡ ਨਜ਼ਰ ਆਏ ਬਾਕੀ ਸਾਰੇ ਜਿਹੜੇ ਪ੍ਰਬੰਧਨ ਉਹਨਾਂ ਸਾਰਿਆਂ ਤੋਂ? ਦੇਖੋ, ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550ਵਾਂ ਪ੍ਰਕਾਸ਼ ਪੁਰਬ ਜਿਹੜਾ ਹੈ ਉਹ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ, ਬਈ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪ੍ਰੋਗਰਾਮ ਲਿਖੇ ਗਏ ਸਨ 1 ਤਰੀਕ ਤੋਂ ਲਗਾਤਾਰ ਚੱਲ ਰਹੇ ਨੇ, ਉਹਨਾਂ ਤਰੀਕਾਂ ਦੇ ਤਹਿਤ, ਉਹਨਾਂ ਪ੍ਰੋਗਰਾਮਾਂ ਤਹਿਤ ਹੀ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਹੋ ਰਹੇ ਨੇ। ਅੱਜ ਵੀ ਜਿਹੜਾ ਹੈ ਸਾਡਾ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਬਹੁਤ ਵੱਡਾ ਪੰਡਾਲ ਸਜਾਇਆ ਗਿਆ, ਉੱਥੇ ਸਾਰੇ ਜਿੱਥੇ ਕਥਾ ਕੀਰਤਨ ਹੋ ਰਹੇ ਨੇ ਅਤੇ ਹੋਰ ਰਾਗੀ ਢਾਡੀ ਸਿੰਘ ਆਪਣਾ ਕੀਰਤਨ ਕਰ ਰਹੇ ਨੇ। ਸੋ ਉਸੇ ਤਰ੍ਹਾਂ ਅੱਜ ਵੱਡੀਆਂ ਹਸਤੀਆਂ ਵੀ ਜਿਹੜੀਆਂ ਨੇ ਅੱਜ ਇੱਥੇ ਪਹੁੰਚੀਆਂ ਨੇ, ਜਿਸ ਤਰ੍ਹਾਂ ਸ਼੍ਰੀ ਮਨੋਹਰ ਲਾਲ ਖੱਟਰ ਜੀ ਜਿਹੜੇ ਹਰਿਆਣੇ ਦੇ CM ਨੇ, ਉਹ ਵੀ ਆਏ ਨੇ ਰਾਤੀਂ, ਦੁਸ਼ੰਤ ਚੁਟਾਲਾ ਜੀ ਵੀ ਪਹੁੰਚੇ ਸਨ, ਅਤੇ ਇਸੇ ਤਰ੍ਹਾਂ ਸਾਡੇ ਠਾਕੁਰ ਜੀ ਜਿਹੜੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਹ ਵੀ ਆਏ ਨੇ, ਉੜੀਸਾ ਤੋਂ ਸਪੀਕਰ ਨੇ ਉਹ ਵੀ ਆਏ ਨੇ, ਅਤੇ MP ਜਿਹੜੇ ਬਾਹਰਲੇ ਦੇਸ਼ਾਂ 'ਚੋਂ ਕੋਈ MLA MP ਉਹ ਵੱਡੀ ਗਿਣਤੀ ਦੇ ਸਾਰੇ ਆ ਰਹੇ ਨੇ, ਔਰ ਸਾਰੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਵਾਸਤੇ, ਸਾਰੀ ਸਿੱਖ ਸੰਗਤ ਨੂੰ ਵਧਾਈਆਂ ਦੇਣ ਵਾਸਤੇ ਇੱਥੇ ਪਹੁੰਚ ਰਹੇ ਨੇ। ਮੈਂ ਜਿੱਥੇ ਸਾਰਿਆਂ ਦਾ ਧੰਨਵਾਦ ਵੀ ਕਰਦਾ, ਉੱਥੇ ਸਤਿਗੁਰੂ ਮਹਾਰਾਜ ਦੀ ਵੱਡੀ ਮਿਹਰ ਹੈ ਗੁਰੂ ਨਾਨਕ ਦੇਵ ਸਾਹਿਬ ਦੀ, ਕਿ ਐਡੀ ਵੱਡੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਸ਼ਰਧਾਲੂ ਜਿਹੜੇ ਜਿੱਥੇ ਪਹੁੰਚ ਰਹੇ ਨੇ, ਉੱਥੇ ਵੱਖ ਵੱਖ ਪਾਰਟੀਆਂ ਦੇ ਸਾਰੇ ਨੇਤਾ ਪਹੁੰਚ ਰਹੇ ਨੇ, ਧਾਰਮਿਕ ਹਸਤੀਆਂ, ਸਾਧੂ ਸੰਤ ਆ ਰਹੇ ਨੇ, ਬਹੁਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਦਿਨ ਰਾਤ ਜਿਹੜਾ ਤਾਰ ਲੱਗਿਆ ਰਹਿੰਦਾ ਇੱਥੇ ਗੁਰਦੁਆਰਾ ਬੇਰ ਸਾਹਿਬ ਦਰਸ਼ਨ ਕਰ ਰਹੇ ਨੇ, ਵੱਖ ਪੰਡਾਲ ਲੱਗੇ ਨੇ, ਲੰਗਰ ਲੱਗੇ ਨੇ, ਹਰ ਥਾਂ ਦੇ ਉੱਤੇ ਸ਼ਰਧਾਲੂ ਜਿਹੜੇ ਨੇ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਰਹੇ ਨੇ। ਕੱਲ੍ਹ ਜਿਹੜਾ ਮੁੱਖ ਦਿਨ ਹੈ, ਕਿਹੜੀ ਕਿਹੜੀਆਂ ਹਸਤੀਆਂ, ਵਾਈਸ ਪ੍ਰੈਜੀਡੈਂਟ ਵੀ ਆ ਰਹੇ ਨੇ ਜਾਂ ਹੋਰ ਕੌਣ ਕੌਣ ਆ ਰਿਹਾ? ਸੋ ਕੱਲ੍ਹ ਦਾ ਸਾਡਾ ਮੁੱਖ ਸਮਾਗਮ ਜਿਹੜਾ ਹੋਣਾ ਹੈ, ਕਿਉਂਕਿ ਸਾਡੇ ਧਾਰਮਿਕ ਸਮਾਗਮ ਹੋ ਰਹੇ ਨੇ ਅੱਜ ਦੇ ਵੀ ਕੱਲ੍ਹ ਦੇ ਵੀ, ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਹੋ ਰਹੇ ਨੇ, ਔਰ ਜੋ ਉਹਨਾਂ ਨੇ ਸਾਨੂੰ ਆਦੇਸ਼ ਦਿੱਤਾ ਉਹਦੇ ਤਹਿਤ ਹੀ ਸਾਰੇ ਪ੍ਰੋਗਰਾਮ ਚੱਲ ਰਹੇ ਨੇ। ਕੱਲ੍ਹ ਭਾਰਤ ਦੇ ਰਾਸ਼ਟਰਪਤੀ ਜੀ ਆ ਰਹੇ ਨੇ, ਅਤੇ ਸਾਡੇ ਹੋਮ ਮਿਨਿਸਟਰ ਜੀ ਕੱਲ੍ਹ ਆ ਰਹੇ ਨੇ, ਹੋਰ ਵੱਡੀ ਹਸਤੀਆਂ ਜਿਹੜੀਆਂ ਨੇ। ਕੱਲ੍ਹ ਉਹ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਜੋ ਵੱਡਾ ਪੰਡਾਲ ਸਜਾਇਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਉੱਥੇ ਆ ਕੇ ਸਤਿਗੁਰੂ ਮਹਾਰਾਜ ਨੂੰ ਜਿਹੜਾ ਆਪਣੇ ਸ਼ਰਧਾ ਸਤਿਕਾਰ ਭੇਟ ਕਰਨਗੇ, ਉੱਥੇ ਸਮੁੱਚੀ ਕੌਮ ਨੂੰ, ਸਮੁੱਚੀ ਸੰਗਤ ਨੂੰ ਜਿਹੜੀ ਆ ਉਹ ਵਧਾਈਆਂ ਦੇਣਗੇ। ਬਿਲਕੁਲ, ਤਾਂ ਇਹ ਸੀ ਮੇਰੇ ਨਾਲ SGPC ਮੁਖੀ ਜੀ ਨਾਲ ਕਹਿਣਾ ਕਿ ਕੱਲ੍ਹ ਅਮਿਤ ਸ਼ਾਹ ਦੇ ਨਾਲ ਪ੍ਰੈਜੀਡੈਂਟ ਜਿਹੜੇ ਨੇ ਕੋਵਿੰਦ ਉਹ ਪਹੁੰਚ ਰਹੇ ਨੇ, ਤੋਂ ਵੀ ਪ੍ਰੋਗਰਾਮਾਂ ਦੇ ਜਿਹੜੇ ਕੱਲ੍ਹ ਮੁੱਖ ਪ੍ਰੋਗਰਾਮ ਉਹਦੇ ਵਿੱਚ ਸ਼ਾਮਿਲ ਹੋਣਗੇ। ਸੁਲਤਾਨਪੁਰ ਲੋਧੀ ਤੋਂ ਕੈਮਰਾ ਲਕਸ਼ਨਾਲ ਨਿਤਿਨ ਦੈਨਿਕ ਸਵੇਰਾ।